ਹਵਾ ਇੰਨੀ ਤੇਜ਼ ਵਗਣ ਡਈ ਪਰਿੰਦੇ ਫੁੱਲ ਨਾਲ ਚਿਪਕ ਕੇ ਜਿਹੜਾ ਨਾ ਬੂਟਿਆਂ ਨਾਲ ਵੇਖੋ ਲੱਗੇ ਨੇ ਤੇ ਇੰਨੇ ਤੂਫਾਨ ਚ ਵਿਚਾਰਿਆਂ ਦਾ ਕੀ ਬਣਦਾ ਹੋਏਗਾ। ਬਗਲੇ ਜਿਹੜੇ ਨਾ ਵਾਈਡ ਵਾਈਡ ਤੂਫਾਨ ਜਿਹੜਾ ਨਾ ਬੜਾ ਆ ਗਿਆ ਅੱਜ ਆ ਵੇਖੋ ਓਏ ਸਰਗ ਵੱਲੋਂ ਵੇਖੋ ਕਿੰਨਾ ਹਨੇਰ ਉੱਡਿਆ ਅੱਜ ਜਿਹਨੂੰ ਪਹਾੜੀਆਂ ਲੱਭਦੀਆਂ ਨਾ ਭੇੜੀ ਆ ਰਹੀਆਂ ਉਹ ਲੱਭਣ ਨਹੀਂ ਰਹੀਆਂ ਆ ਰਹੀਆਂ ਜਿੰਨੀ ਕੁ ਸੁਬਾਹ ਗਰਮੀ ਸੀ ਨਾ ਉਹਦੇ ਨਾਲ ਜਿਹੜਾ ਬਹੁਤਾ ਮੌਸਮ ਜਿਹੜਾ ਹੁਣ ਠੰਡਾ ਹੋਏਗਾ ਇੰਨੀ ਗਰਮੀ ਹੁਣ ਅਚਾਨਕ ਯਕਦਮ ਹੀ ਸੱਪ ਮਾਰਨਾ ਸੀ ਮੈਨੂੰ ਮੈਂ ਨੀ ਫਿਰ ਆਉਣਾ ਅੱਛਾ ਮੈਂ ਆਇਆ ਵਾ ਫਿਰ ਅਸਲਾਮ ਵਾਲੇਕੁਮ ਕੀ ਹਾਲ ਸੋਹਣੇ ਮੈਂ ਵਾ ਜੀ ਹਮਦਾ ਸਿੱਧੂ ਮੈਂ ਜਦ ਵੀਡੀਓ ਅਪਲੋਡ ਕਰਨ ਡਿਆ ਹਾਂ ਚਾਚੇ ਭੈਣ ਨੇ ਮੈਨੂੰ ਆਵਾਜ਼ ਮਾਰੀ ਹੁੰਦਾ ਡੋਵਾ ਮੋਟਾ ਸੱਪ ਪਤਾ ਨਹੀਂ ਕਿੱਡਾ ਮੋਟਾ ਹੈ ਚਾਚੇ ਹੋੜੀ ਜਾਂਦੇ ਉਂਝ ਮੋਟਾ ਹੈ ਮੈਂ ਚਲੋ ਵੇਖਦੇ ਹਾਂ ਕਿਉਂਕਿ ਅੱਜ ਕੱਲ੍ਹ ਗਰਮੀ ਹੈ ਨਾ ਅੱਜ ਤੋਂ ਜੀ ਬੇਬਾ ਗਰਮੀ ਸੀ ਬਦਲ ਸ਼ਦਲੀਆਂ ਆਈਆਂ ਨੇ ਬਦਲ ਹੋਣ ਡਿਆ ਥੋੜ੍ਹਾ ਥੋੜ੍ਹਾ ਬਾਕੀ ਗਰਮੀ ਬੇਬਾ ਆਏ ਨਹੀਂ ਹੋਏ ਹੋਏ ਹੋਰ ਟੀਂਡੀ ਪਾਵਾਂ ਅਤੇ ਮੈਂ ਚਲੋ ਤੁਹਾਨੂੰ ਬਹਾਨੇ ਅਸ ਗਰਮੀ 'ਚ ਸੱਪ ਨਿਕਲੇ ਹੁੰਦੇ ਨੇ ਬਾਹਰ ਗਰਮੀ ਹੁੰਦੀ ਠੰਡੇ ਥਾਂ ਆਣ ਕੇ ਬੈਠੇ ਹੁੰਦੇ ਨੇ ਅਤੇ ਫਿਰ ਉਹ ਲੱਭ ਜਾਂਦੇ ਨੇ ਸਾਨੂੰ ਇਨਸਾਨਾਂ ਨੂੰ ਸਾਨੂੰ ਬਹਾਨੇ ਆ ਕਿ ਡਾਕ ਮੋਟਾ ਸੱਪ ਲੱਭਾ ਉਹ ਗਲੋਈ ਉਹ ਤੈਨੂੰ ਕੀ ਹੋ ਗਿਆ ਇਹਨੂੰ ਕੀ ਗਿਆ ਅੱਜ ਉਹ ਕੋਈ ਕਿਤੇ ਇਹਨੂੰ ਕੀ ਇਹਨੂੰ ਪਤਾ ਨਹੀਂ ਕੀ ਲੱਗਿਆ ਮੈਂ ਹਾਲੇ ਕੂੜਾ ਚੁੱਕਣ ਵਾਲਾ ਪੈ ਚੱਲਾ ਹਜੇ ਮੈਨੂੰ ਇਹਨੂੰ ਕੀ ਕਹਿ ਗਿਆ ਹੈਗਾ ਤੂੰ ਸਮਝਾ ਗਿਆ ਹੈ ਕਿ ਭੈ ਜੀ ਇਹ ਕੀ ਕਰਨ ਡੇ ਵਾ ਸੇਗੂ ਕਿਹਾ ਲੱਗ ਜਾਣਾ ਉਹ ਜੀ ਹੈ ਜੀ ਹੈ ਨਵੀਂ ਗੇਮ ਵੀ ਹੱਡ ਕੱਢਣ ਲਾ ਹੁਣ ਬਸ ਆਵੀਂ ਸੱਜ ਮੁਝੇ ਆ ਸਭ ਹੈਂ ਕਿਆ ਮੈਨੂੰ ਲੱਗੇ ਚਾਚੇ ਨੂੰ ਪਤਾ ਬਸ ਨੂੰ ਕਿੱਥੇ ਪਤਾ
ਚਾਚਾ ਪਿੰਡ ਵੀ ਸਾਨੂੰ ਕਹਿ ਕੇ ਆਇਆ ਵੇ ਚਾਚਾ ਬੋਤਲ ਪਿਆ ਗਿਆ ਚਾਚਾ ਅੱਛਾ ਜੀ ਬੋਤਲ ਪਿਆਣੀ ਪੈ ਗਈ ਨੀ ਸਾਨੂੰ ਬੋਤਲ ਚਾਚੂ ਜੋੜੀ ਕਹਿੰਦੇ ਜਿੰਦਾ ਬੋਤਲ ਹੁਣ ਤੁਹਾਨੂੰ ਪੈ ਗਈ ਸੋਹਣੇ ਹੋ ਇਹ ਤੇ ਕੰਮ ਤੁਸੀਂ ਆਖੇ ਜਿੰਦਾ ਨੇ ਤੇ ਮੈਂ ਬੋਤਲ ਪਿਆ ਨੀ ਹੁਣ ਤੁਹਾਨੂੰ ਪਿਆਣੀ ਪੈਣੀ ਹੈ ਡੰਡੇ ਛੋਟੇ ਉੱਥੋਂ ਇੰਝ ਲੈ ਕੇ ਨਸਾਂ ਜੀ ਕੱਢੀ ਬੁਲਾ ਇਹਨਾਂ ਜਿਹੜਾ ਫੜੀ ਗਏ ਇੱਥੇ ਤੁਹਾਨੂੰ ਵਿਖਾਉਂਦੇ ਹਾਂ ਮਾਰ ਮਾਰ ਛੇ ਹੱਥ ਫੜੇ ਆਂ ਮੈਂ ਜਿੰਦਾ ਹੋਰ ਮਾਰ ਛੱਦ ਨੇ ਕਿਉਂਕਿ ਬੱਚੇ ਬੁੱਚੇ ਇੱਥੇ ਹੁੰਦੇ ਨੇ ਤੇ ਫਿਰ ਆਸ ਵਾਸ ਵਾਢੀ ਨਹੀਂ ਛੱਡੀ ਵੇਖੋ ਜੀ ਆਹ ਮੁੰਡੇ ਜਵਾਨ ਨੇ ਫੜਿਆ ਜੀ ਸੱਪ ਤੁਹਾਡੀਆਂ ਅੱਖਾਂ ਦੇ ਸਾਹਮਣੇ ਇਹਦੇ ਨਾਲ ਵੱਡਾ ਤੇਰਾ ਕੱਦ ਕਿੰਨਾ ਹੈ 5 ਫੁੱਟ ਤੇ ਤਾਂ ਜੀ ਆਵੇਂ ਬਾਰਾਂ ਤਾਂ ਚੋਗੇ ਨੂੰ ਬੜਾ ਕੇ ਡਾਲ ਮੇਰਾ 11 ਇੰਚ ਸੱਪ ਦੀ ਜੇ ਨਾ ਸਾਡੇ ਆਂਦੇ ਨੂੰ ਮਾਰ ਦਿੱਤਾ ਜਵਾਨਾ ਅਸੀਂ ਤਾਂ ਜਿੰਦਾ ਵਹਾਣਾ ਅਸੀਂ ਆ ਮਹੀਨਾ ਮੇਰਾ ਆ ਮਹੀਨਾ ਮੇਰਾ ਆਵੇਂ ਆਪਣੇ ਆਪਣੇ ਮੇਰਾ ਓਏ ਆ ਮਹੀਨਾ ਕਿੱਡਾ ਵੱਡਾ ਜੀ ਪਿੱਛੋ ਖਲੋ ਯਾ ਹਾਂ ਦੇ ਨੇ ਤੇਰਾ ਲੰਮਾ ਕਿ ਛੋਟਾ ਇਹ ਤੇ ਆ ਮਹੀਨੇ ਵੱਡਾ ਖੋਤਾ ਅਸੀਂ ਜਾਣੇ ਆ ਮਸ਼ੀਏ ਤੇ ਉਸ ਤੋਂ ਵੱਡਾ ਵੇਖੋ ਚਾਚੇ ਪਿੰਡ ਵੀ ਕੀਤਾ ਸੀ ਤੇ ਹੁਣ ਆਏ ਜੇ ਉਹ ਡਾਂਗਾ ਸੋਟਾ ਲੈ ਖਲੋਤੇ ਨੇ ਕਿੰਨੇ ਕੀਤਾ ਇਹਨਾਂ ਕੀਤਾ ਜਿਹੜੇ ਹੁਣ ਇੱਥੇ ਆਏ ਨੇ ਅਸੀਂ ਤੇ ਹੁਣ ਆਏ ਆ ਹੈਂ ਅੱਛਾ ਕੀ ਇੱਥੇ ਲਟ ਗਿਆ ਸੀ ਆਂਬੜਾ ਲਟ ਗਿਆ ਸੀ ਖੁਦਕੁਸ਼ੀ ਕਰ ਲਈ ਫਿਰ ਨਹਾਉਣ ਨੂੰ ਪਾਣੀ ਨੀ ਲੱਭਾ ਨਹਾਉਣ ਨੂੰ ਤੈਨੂੰ ਆਪੇ ਵੀ ਲੱਭਦਾ ਪੀਣ ਲਈ ਘਣੂ ਕੇ ਨਹੀਂ ਅੱਛਾ ਫੇਰ ਠੀਕ ਚੱਲ ਜੀ ਅਬੂ ਜੀ ਹੋਣਾ ਵੀ ਜਾਣਾ ਇੱਕ ਉਦੋਂ ਅਬੂ ਜੀ ਆਇਆ ਜਿਹੜਾ ਮਾਰਿਆ ਸੀ ਉਹ ਗੋਲਡ ਯੈਲੋ ਗੋਲਡਨ ਕਲਰ ਦਾ ਸੋਨੇ ਰੰਗ ਦਾ ਉਹ ਵੀ ਏਡਾ ਕਿ ਮੋਟਾ ਸੀ ਤੇ ਫੁੱਲ ਜਿਹਾ ਸਹੀ ਲੰਮਾ ਕਈ ਵਾਰੀ ਵੇਖੀ ਸਿਰ ਜਿੰਦਾ ਹੁੰਦਾ ਲੱਗ ਨਾ ਲੱਗ ਕਰ ਅੱਛਾ ਸਿਰ ਜਿੰਦਾ ਹੁੰਦਾ ਤੇ ਬੱਚੂ ਮਾਰੀ ਹਾਂ ਚਲੋ ਇਹਨੂੰ ਫਿਰ ਦੱਬ ਦਿਓ ਨਹੀਂ ਲਾ ਚੱਲਨੇ ਜਾ ਕੇ ਪਕਾਨੇ ਆ ਪਕਾ ਕੇ ਤੇ ਵੇ ਵਣਨੇ ਅੱਜ ਤਾਂ ਹੁਣ ਪਕਾਈ ਅਸੀਂ ਬਾਦਾਂ ਦੀ ਬਤਖਾਂ ਦੀ ਉਹ ਲੰਮੀਆਂ ਵੱਡੀਆਂ ਬਤਖਾਂ ਦੀ ਧੌਣ ਪਕਾਈ ਹੈ ਲੰਮੀ ਮੱਛੀ ਆਂਦੀ ਜੁੜਵੇ ਨੇ ਬਦਲਾ ਲੈਣ ਆਉਣਾ ਜਿਹਨੇ ਮਾਰਿਆ ਜਿਹਨਾਂ ਮਾਰਿਆ ਉਹਨਾਂ ਨੂੰ ਫੜਨਾ ਸੀ ਤੇ ਆਏ ਹੁਣ ਅਬੂ ਜੋੜਾ ਇਹਨਾਂ ਇਹਨੂੰ ਪਾਲਿਆ ਸੀ ਖਵਾ ਪਿਆ ਕੇ ਸੱਪ ਤੇ ਜਿਹਾ ਨਾ ਵਾਹਵਾ ਗੱਭਰੂ ਜਵਾਨ ਸੀ ਪਰ ਭੱਜ ਜਾਣਾ ਇਹਦਾ ਮਕਾਨ ਸੀ ਭੈਰੇ ਬੰਦੇ ਦਾ ਹੱਥ ਲੱਗ ਗਿਆ ਸੀ ਅਸਲ ਜੇ ਇੱਥੇ ਜਾਣੇ ਅੰਬੀਆਂ ਛੰਬੀਆਂ ਲਾਉਣ ਅੰਬੀਆਂ ਛੰਬੀਆਂ ਲਾਉਣ ਆਏ ਹੁੰਦੇ ਨਾ ਇੱਥੇ ਇਹਨਾਂ ਵੀ ਵੇਖਿਆ ਤੇ ਫਿਰ ਵਾਧਾ ਘਟਨਾ ਕਿਸਾਨ ਹੋਏ ਤਾਂ ਕੰਮ ਖਰਾਬ ਹੋ ਜਾਏ ਤੁਸੀਂ ਕਹਿੰਦੇ ਸੱਪ ਇਹਨਾਂ ਨੂੰ ਮਾਰਿਆ ਨਾ ਕਰੋ ਇਹ ਉਹ ਲੈਣੇ ਚੂਹੇ ਖਾਣ ਵਾਲੇ ਤੇ ਜੋ ਵੀ ਖਾਣ ਵਾਲੇ ਪਰ ਡਰ ਤੇ ਹੁੰਦਾ ਲੜ ਜਾਂਦੇ ਨੇ ਜੋ ਮੂਝਾਂ ਲਾਉਂਦੇ ਹੋਏ ਬੜੇ ਲੋਕਾਂ ਦੇ ਲੜਦੇ ਆਹੋ ਤੇ ਫਿਰ ਨੁਕਸਾਨ ਹੈ ਇਸ ਵਾਸਤੇ ਫਿਰ ਜਿਹਨਾਂ ਫਿਰ ਨਹੀਂ ਜਿੰਦਾ ਛੱਡੀਦਾ ਜਿਹੜਾ ਆਉਂਦਾ ਨਾ ਤੇ ਉਹ ਫੜ ਲੈਂਦੇ ਆ ਜਾਂ ਫਿਰ ਟੀਡੀ ਪਾਪਾਂ ਕਰ ਦਿੰਦੇ ਆ ਸੱਪ
ਲੜ ਗਿਆ ਚੱਕੀ ਭੋੜ ਦਿੱਤੀ ਸਾਨੂੰ ਨਾ ਕਿ ਉਹ ਜ਼ਿਆਦਾ ਮੈਨੂੰ ਤੇ ਲਾਇਆ ਚੋਕ ਤੇ ਇਹਨਾਂ ਦੇ ਘਰਦੇ ਨੂੰ ਸਮਝਾ ਕਿ ਹੁਣ ਜਿਹੜਾ ਜਾਣ ਆਏਗਾ ਉਹਨੂੰ ਅੰਬੀਆਂ ਨੇ ਸਲਾਹ ਦੇਣੀ ਘਰਦੇ ਤੇ ਤੁਸੀਂ ਹੋਏ ਇਹਦੇ ਮੈਂ ਸਮਝ ਗਿਆ ਚੱਲ ਆਈ ਯਾਰ ਤੁਹਾਨੂੰ ਪਤਾ ਨੀ ਚਲਾਣੇ ਤੁਸੀਂ ਮਾਰਾ ਨਹੀਂ ਦੇਣਾ ਲਾਈਆ ਲਾਈਆ ਆਮੀ ਜਾਣਾ ਫਿਰ ਇਹਨੂੰ ਉਹ ਤਾਂ ਜਿਹੜੇ ਉੱਥੇ ਖੁੱਡੇ ਨੀ ਕੱਢੇ ਸੇਰਾਂ ਨੇ ਉਹਦੇ ਵਿੱਚ ਦੱਬ ਕੇ ਆਉਂਦਾ ਇੱਥੇ ਕੀ ਪਤਾ ਰਾਤ ਨੂੰ ਕੱਢ ਕੇ ਲਾਈਏ ਮਤ ਪਤਾ ਨੀ ਹੁਣ ਨੇੜੀ ਵੀ ਇੰਨੀ ਆਈ ਹੁਣ ਉੱਡ ਉੱਡ ਗਿਆ ਹੋਣਾ ਕਿਸੇ ਨਾ ਕਿਸੇ ਨੇ ਫੜਿਆ ਮੈਂ ਫੋਨ ਕਰਨ ਡਿਆ ਵਾ ਤੇ ਚੁੱਕਦਾ ਹੀ ਨਹੀਂ ਪਿਆ 500 ਰੁਪਏ ਨੀ ਲੱਭਿਆ ਤੂੰ ਇੱਥੇ ਹੀ ਹੈ ਉਹ ਜੇ ਬੱਕਰੀ ਆਇਆ ਨੀ ਦੋਰਾ ਲੱਗ ਗਈਆਂ ਉਹ ਜੇ ਹੁਣ ਚੰਗੇ ਰਹੇ ਹੋ ਬੱਦਲ ਜੇ ਹੈਂ ਮਜ਼ਾ ਆਇਆ ਜੇ ਤੇਰਾ ਪੇਂਡੂ ਵਟ ਆਰ ਯੂ ਫੀਲਿੰਗ ਚਾਚੇ ਸਮਝ ਨਹੀਂ ਲੱਗੀ ਹੋਣੀ ਕੀ ਕਹਿਤਾ ਉਹ ਇੱਕ ਸਾਡੂ ਭਿੱਜਿਆ ਇੱਕ ਸਾਡੂ ਸੁੱਕਾ ਹੁਣ ਮੂੰਹ ਘੜੀ ਹੁਣ ਮੂੰਹ ਘੜੀ ਉਹ ਪਿੱਜੂ ਸੁੱਕਾ ਜੇ ਤੇ ਇੱਕ ਸਾਡੂ ਦੇ ਅੱਗੂ ਭਿੱਜਿਆ ਚਿੰਜੂ ਕੀਤਾ ਹੀ ਕਹਿੰਦੇ ਆ ਆਮੇ ਜੀ ਉਹ ਤੇ 500 ਰੁਪਇਆ ਗਵਾ ਚਾਹੀ ਤੇ ਲੱਭ ਲੈ ਟੂੜੀਆਂ ਦੇ ਕੋਲ ਪਰਾਂ ਉੱਡ ਕੇ ਗਿਆ ਹੋਣਾ ਪਰਾਂ ਪਰਾਲੀ ਚੜੀ ਜੇ ਮੇਰਾ ਸੂਟ ਤੇਰਾ ਕਾਲਾ ਕਾਲਾ ਫੀਰੋ 500 ਰੁਪਇਆ ਮੇਰਾ ਦੇ ਦੇ ਦੱਸਣਾ ਤੈਨੂੰ ਮੈਨੂੰ ਕਹਿ ਮੈਂ ਟੀਂਡੀ ਭਾਵਾ ਕਰਨੀ ਹੈ ਤੇਰੀ ਕੀ ਹੋਣੀ ਮੇਰੀ ਰਾਤ ਨੂੰ ਬੈਟਰੀ ਲੈ ਕੇ ਲੱਭ ਲੈਣੀ ਆ ਕੇ ਨਹੀਂ ਲੱਭਾ ਮੈਂ ਤੇ ਗਿਆ ਹਾਂ ਉੱਥੇ ਹੀ ਆਇਆ ਆਮੇ ਜੀ ਆਣਾ 500 ਰੁਪਇਆ ਲੱਭਣ ਗਿਆ ਅੱਜ ਗਰੀਬ ਨੇ ਨਾ ਖੜਿਆ ਉੱਥੋਂ ਕਿਸੇ ਨੇ ਭਰਿਆ ਗਰੀਬ ਵੀ ਕੀ ਲੱਭੇਗਾ ਉਹਨਾਂ ਨੂੰ ਕੀ ਪਤਾ ਮੇਰੇ ਗਵਾਚੇ ਮੈਨੂੰ ਕੀ ਦੁਆ ਦੇਣੀਆਂ ਦੁਆ ਕਰੇਗਾ ਚੰਗਾ ਹੋਇਆ ਗਵਾਚੇ ਹਨ ਤੇ ਮੈਨੂੰ ਲੱਭ ਗਏ ਨੇ ਹੁਣ ਪਤਾ ਨੀ ਕਿਹਨੂੰ ਕਿਹਨੂੰ ਨੀ ਮੈਂ ਦਿੱਤੇ ਤਦ ਗਵਾਚੇ ਨੇ 50-50 ਰੁਪਈਏ ਲੱਗਦਾ ਦੇਣੇ ਪੈਣੇ ਸਾਰਿਆਂ ਨੂੰ ਸਾਰਿਆਂ ਨੇ ਮਿਕਸ ਕਰਕੇ ਗਵਾਚ ਗਏ 500 ਰੁਪਈਆ ਆਹੋ ਗਵਾਚ ਗਏ ਨੇ ਹੁਣ ਉੱਚੀ ਜਗ੍ਹਾ ਤੁਹਾਨੂੰ ਕਿਤੇ ਚੜ ਕੇ ਜਾਣਾ ਫਿਰ ਵਾਂ ਪਹਾੜ ਹੀਰੋ ਆ ਯਾਰ ਤੈਨੂੰ ਕੁਝ ਖਵਾ ਲਈਏ ਹੋਰ ਬਾਦੂਆਂ ਦਿੰਦਾ ਰਹੇਗਾ ਮੈਨੂੰ ਆ ਯਾਰ ਰਾਇਨਾ ਆ ਯਾਰ ਰਾਇਨਾ
Yum. ਕਿੱਦਲ ਤੁਸੀਂ ਹੈਂ ਤੁਸੀਂ ਕਿੱਦਲ ਆ ਗਏ ਹੋ ਛੁੱਟੀਆਂ ਹੋ ਗਈਆਂ ਹੈਂ ਛੁੱਟੀਆਂ ਹੋ ਗਈਆਂ ਕੀ ਹੋ ਗਿਆ ਛੁੱਟੀਆਂ ਤੈਨੂੰ ਕੀ ਹੋਇਆ ਚਲੋ ਵਾਪਸ ਆਪਣੇ ਪਿੰਡ ਮੈਂ ਤਾਂ ਡੀਡੀ ਪਾਪਾ ਕਰਨੀ ਹੈ ਮੈਂ ਤਾਂ ਡੀਡੀ ਪਾਪਾ ਕਰਨੀ ਆਪਣੇ ਪਿੰਡ ਦੱਸੋ ਵਾਪਸ ਮੈਂ ਤਾਂ ਡੀਡੀ ਪਾਪਾ ਵੀ ਕਰਨੀ ਹੈ ਓ ਤਾਂ ਡੀਡੀ ਪਾਪਾ ਹੋਣੀ ਹੈ ਬਿਸਕੁਟ ਜਿਹਾ ਲੈ ਗਿਆ ਹਾਂ ਤੁਹਾਡੇ ਲਈ ਮੈਂ ਤੇ ਤੁਸੀਂ ਚਾਚੂ ਜੀ ਹਾਨੂੰ ਬਾਈ ਦੇਣੇ ਆ ਪਹਿਲਾਂ ਫੜੋ ਜੀ ਪਹਿਲਾਂ ਵਿੱਚ ਬਿਸਕੁਟ ਚਾਚੂ ਹੱਥ ਨਹੀਂ ਖਾਣਾ ਭਾਈ ਆ ਮੈਂ ਤੂੰ ਵਿੱਚੋਂ ਬਾਹਰ ਤੂੰ ਪੂਰਾ ਪੈਕਟ ਭਰਨ ਦਿਆਂ ਤਾਂ ਉਹਨਾਂ ਨੂੰ ਵੀ ਦੇਣਾ ਹਲੋ ਸੋਹਣਿਓ ਭਾਈ ਲਿਆ ਹੁਣ ਭਾਈ ਡੀਡੀ ਬਾਬਾ ਹੋਣੀ ਹੈ ਹੁਣ ਡੀਡੀ ਹੋਣੀ ਹੈ ਤੇਰੀ ਬਾਬਾ ਅੱਛਾ ਤੇਰੀ ਵੀ ਹੋਣੀ ਹੈ ਡੀਡੀ ਹੋਣੀ ਕੀ ਤੇਰੀ ਬਾਬਾ ਅੱਛਾ चलो जी फिलहाल सोइए इंशाल्लाह मिलने तक सुबह 9 बजे कैसा लगा लाइक शेयर चैनल सब्सक्राइब कमेंट करके जरूर दस्यो मैंने दो इजाजत फकीर ने इस तरह कर जले मियां खुश रहो दुआ कर जले अल्लाह हाफिज़ बाय बाय डाई डाई